ਇਸ ਵੇਲੇ ਦੀ ਅਹਿਮ ਖਬਰ ਆ ਰਹੀ ਹੈ ਲੁਧਿਆਣਾ ਤੋਂ, ਜਿੱਥੋਂ ਤੇ ਮਸ਼ਹੂਰ ਕਾਰੋਬਾਰੀ ਅਤੇ ਬੌਨ ਬ੍ਰੈਡ ਦੇ ਮਾਲਕ ਮਨਜੀਤ ਸਿੰਘ ਬਾਰੇ ਇਹ ਖਬਰ ਤੇਜ਼ੀ ਨਾਲ ਵਾਇਰਲ ਹੋ ਰਹੀ ਸੀ ਕਿ ਉਹ ਕੋਰੋਨਾ ਦੇ ਪੋਜ਼ਿਟਿਵ ਪਾਏ ਗਏ ਨੇ, ਪਰ ਇਹ ਖਬਰ ਪੂਰੇ ਤਰੀਕੇ ਨਾਲ ਫੇਕ ਹੈ। ਖੁਦ ਮਨਜੀਤ ਸਿੰਘ ਨੇ ਦੈਨਿਕ ਸਵੇਰਾ ਦੇ ਨਾਲ ਸੰਪਰਕ ਕਰਕੇ ਇਹ ਗੱਲ ਕਹੀ ਹੈ ਕਿ ਉਹ ਬਿਲਕੁਲ ਠੀਕ ਨੇ, ਤੰਦਰੁਸਤ ਨੇ ਅਤੇ ਆਪਣੇ ਘਰ ਦੇ ਵਿੱਚ ਨੇ, ਅਤੇ ਉਹਨਾਂ ਦੇ ਬਾਰੇ ਜੋ ਇਹ ਖਬਰ ਫੈਲਾਈ ਜਾ ਰਹੀ ਹੈ ਬਿਲਕੁਲ ਫੇਕ ਹੈ। ਦੱਸ ਦਈਏ ਕਿ ਥੋੜ੍ਹੀ ਦੇਰ ਪਹਿਲਾਂ ਇਹ ਖਬਰ ਆਈ ਸੀ ਕਿ ਮਨਜੀਤ ਸਿੰਘ ਕੋਰੋਨਾ ਦੇ ਪੋਜ਼ਿਟਿਵ ਪਾਏ ਗਏ ਨੇ, ਪਰ ਹੁਣ ਖੁਦ ਉਹਨਾਂ ਨੇ ਸਾਫ਼ ਕੀਤਾ ਹੈ ਕਿ ਇਹ ਮਹਿਜ਼ ਅਫਵਾਹ, ਇੱਕ ਫੇਕ ਖਬਰ ਹੈ ਜਿਸ ਨੂੰ ਸ਼ਰਾਰਤੀ ਅਨਸਰਾਂ ਦੇ ਵੱਲੋਂ ਫੈਲਾਇਆ ਗਿਆ, ਜਿਸ ਦੇ ਉੱਤੇ ਧਿਆਨ ਨਾ ਦਿੱਤਾ ਜਾਏ। ਇਸ ਦੇ ਨਾਲ ਹੀ ਬੌਨ ਬ੍ਰੈਡ ਦੇ ਮਾਲਕ ਮਨਜੀਤ ਸਿੰਘ ਨੇ ਲੋਕਾਂ ਨੂੰ ਘਰਾਂ ਅੰਦਰ ਹੀ ਰਹਿਣ ਦੀ ਅਪੀਲ ਕੀਤੀ ਹੈ, ਅਤੇ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਦੇ ਜੋ ਹਦਾਇਤਾਂ ਦਿੱਤੀਆਂ ਨੇ ਉਹਨਾਂ ਦੀ ਪਾਲਣਾ ਕਰਨ ਦੀ ਅਪੀਲ ਵੀ ਕੀਤੀ ਹੈ, ਅਤੇ ਅਜਿਹੀਆਂ ਅਫਵਾਹਾਂ ਤੋਂ ਬਚਣ ਲਈ ਵੀ ਕਿਹਾ। ਖੁਦ ਮਨਜੀਤ ਸਿੰਘ ਨੇ ਦੈਨਿਕ ਸਵੇਰਾ ਦੇ ਨਾਲ ਗੱਲਬਾਤ ਕਰਕੇ ਇਹ ਗੱਲ ਕਹੀ ਹੈ ਕਿ ਉਹਨਾਂ ਦੇ ਬਾਰੇ ਜੋ ਖਬਰ ਫੈਲਾਈ ਜਾ ਰਹੀ ਹੈ ਉਹ ਬਿਲਕੁਲ ਗਲਤ ਹੈ, ਅਤੇ ਉਹ ਆਪਣੇ ਘਰ ਦੇ ਵਿੱਚ ਬਿਲਕੁਲ ਤੰਦਰੁਸਤ ਨੇ ਅਤੇ ਉਹਨਾਂ ਨੂੰ ਕੋਈ ਵੀ ਪ੍ਰੋਬਲਮ ਨਹੀਂ ਹੈ। ਕੋਈ ਨਿਊਜ਼ ਚੱਲੀ ਯੂਟਿਊਬ 'ਤੇ ਕਿ ਵੀ ਮਨਜੀਤ ਸਿੰਘ ਨੂੰ ਕਰੋਨਾ ਵਾਇਰਸ ਹੋ ਗਿਆ ਹੈ, ਮੈਂ ਬੜਾ ਹੈਰਾਨ ਹੋਇਆ ਇਸ ਗੱਲ 'ਤੇ ਦੇਖ ਕੇ ਕਿ ਵੀ ਨਿਊਜ਼ ਫੇਕ ਨਿਊਜ਼ ਚਲਾਉਣ ਵਾਲੇ ਲੋਕਾਂ ਦੇ ਅੱਗੇ ਮੈਂ ਬੇਨਤੀ ਵੀ ਕਰਦਾ ਕਿ ਇਸ ਤਰ੍ਹਾਂ ਦੀਆਂ ਫੇਕ ਨਿਊਜ਼ ਪਲੀਜ਼ ਨਾ ਚਲਾਈਆਂ ਜਾਣ, ਇਹਦੇ ਨਾਲ ਸਮਾਜ ਵਿੱਚ ਬਹੁਤ ਜ਼ਿਆਦਾ ਖਤਰਾ ਵੱਧਦਾ ਹੈ। ਮੈਂ ਬਿਲਕੁਲ ਤੰਦਰੁਸਤ ਹੈਗਾ, ਹੱਟਾ ਕੱਟਾ, ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ, ਪਰ ਇਹ ਨਿਊਜ਼ ਨਾ ਚਲਾਓ। ਮੈਂ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਉਹਨਾਂ ਲੋਕਾਂ ਨੂੰ ਜਿਹੜੇ ਇਸ ਤਰ੍ਹਾਂ ਦੀਆਂ ਨਿਊਜ਼ ਨੂੰ ਫੈਲਾਉਂਦੇ ਹੈ, ਬੜੀ ਮਿਹਰਬਾਨੀ, ਇਹਨਾਂ ਨੂੰ ਬੰਦ ਕਰਾਤਾ ਜਾਵੇ। ਮੈਂ ਬਿਲਕੁਲ ਠੀਕ ਠਾਕ ਹੈਗਾ ਜੀ। ਬਿਊਰੋ ਰਿਪੋਰਟ, ਦੈਨਿਕ ਸਵੇਰਾ ਟੀਵੀ।